ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਪ੍ਰਗਟ ਮਾਨੂਕੇ ਅਤੇ ਮੇਰਾ ਯੂਟਿਊਬ ਚੈਨਲ ਮਾਨੂਕੇ ਰੇਡੀਓ ਪੁਆਇੰਟ। ਦਿੱਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਮੌਕੇ ਈਸਟ ਇੰਡੀਆ ਕੰਪਨੀ ਦੇ ਦੋ ਅੰਗਰੇਜ਼ ਅਧਿਕਾਰੀ, ਜਿਨ੍ਹਾਂ ਦਾ ਨਾਮ ਹੈ ਜੌਨ ਸਰਮਨ ਅਤੇ ਐਡਵਰਡ ਸਟੀਫਨ, ਜਿਨ੍ਹਾਂ ਨੇ ਇਹ ਸਭ ਕੁਝ ਆਪਣੀ ਅੱਖੀ ਦੇਖਿਆ ਅਤੇ ਕਲਕੱਤੇ ਵਿੱਚ ਬੈਠੇ ਆਪਣੇ ਬੌਸ ਨੂੰ ਇੱਕ ਚਿੱਠੀ ਲਿਖੀ, ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਹ ਚਿੱਠੀ 10 ਮਾਰਚ 1716 ਈਸਵੀ ਨੂੰ ਲਿਖੀ ਗਈ। ਜੌਨ ਸਰਮਨ ਤੇ ਐਡਵਰਡ ਸਟੀਫਨ ਲਿਖਦੇ ਹਨ ਕਿ ਸਿੱਖਾਂ ਦੇ ਮਹਾਨ ਬਾਗੀ ਨੇਤਾ, ਜਿਹੜਾ ਕਿ ਪਿਛਲੇ ਸਾਲਾਂ ਤੋਂ ਲਾਹੌਰ ਦੇ ਪ੍ਰਾਂਤ ਵਿੱਚ ਮੁਸ਼ਕਲਾਂ ਖੜੀਆਂ ਕਰਦਾ ਰਿਹਾ ਹੈ। ਉਸ ਪ੍ਰਾਂਤ ਦੇ ਸੂਬੇਦਾਰ ਅਬਦੂਸ ਸਮਦ ਖਾਨ ਨੇ ਉਸ ਦੇ ਸਮੁੱਚੇ ਪਰਿਵਾਰ ਸਮੇਤ ਪਕੜ ਲਿਆ ਹੈ। ਪਿਛਲੇ ਦਿਨੀ ਇਹਨਾਂ ਨੂੰ ਜੰਜੀਰਾਂ ਨਾਲ ਜਕੜਿਆ ਹੋਇਆ ਨੂੰ ਦਿੱਲੀ ਲਿਆਂਦਾ ਗਿਆ ਸੀ। ਉਸ ਦੇ ਜਿਹੜੇ ਸਾਥੀ ਬਚੇ ਹੋਏ ਸਨ ਉਹ 780 ਸਨ। ਇਹਨਾਂ ਕਈਆਂ ਨੂੰ ਇਕੱਠੇ ਕਰਕੇ ਉਹਨਾਂ ਊਠਾਂ ਉੱਪਰ ਬਿਠਾਇਆ ਹੋਇਆ ਸੀ, ਜਿਹੜੇ ਦਿੱਲੀ ਤੋਂ ਬਾਹਰ ਇਹਨਾਂ ਨੂੰ ਲੈਣ ਲਈ ਭੇਜੇ ਗਏ ਸਨ। ਇਹਨਾਂ ਤੋਂ ਇਲਾਵਾ 2000 ਕੱਟੇ ਹੋਏ ਸਿਰ ਵੀ ਨੇਜਿਆਂ ਉੱਪਰ ਟੰਗੇ ਹੋਏ ਸਨ। ਇਹਨਾਂ ਨੂੰ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ। ਉਸ ਬੰਦਾ ਸਿੰਘ ਨੂੰ ਪਹਿਲਾਂ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ, ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਫਿਲਹਾਲ ਉਸ ਦੇ ਮਾਰਨ ਵਿੱਚ ਇਸ ਕਰਕੇ ਦੇਰੀ ਕੀਤੀ ਜਾ ਰਹੀ ਹੈ ਤਾਂ ਕਿ ਉਸ ਕੋਲੋਂ ਉਸ ਦੇ ਉਹਨਾਂ ਸਾਥੀਆਂ ਬਾਰੇ ਬਹੁਤ ਪਤਾ ਲਗਾਇਆ ਜਾ ਸਕੇ, ਜਿਹੜੇ ਉਸ ਦੇ ਨਾਲ ਰਲ ਕੇ ਲੜਦੇ ਰਹੇ ਸਨ, ਅਤੇ ਉਸ ਦੇ ਛੁਪਾਏ ਹੋਏ ਖਜ਼ਾਨਿਆਂ ਬਾਰੇ ਵੀ ਪਤਾ ਲਗਾਇਆ ਜਾ ਸਕੇ। ਇਸ ਸਭ ਕੁਝ ਬਾਰੇ ਪਤਾ ਲਗਾ ਲਏ ਜਾਣ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਜਾਵੇਗਾ। ਉਸ ਦੇ ਸਾਥੀ ਕੈਦੀਆਂ ਵਿੱਚੋਂ ਹਰ ਰੋਜ਼ 100-100 ਬੰਦਿਆਂ ਨੂੰ ਕਤਲ ਕੀਤਾ ਜਾਂਦਾ ਹੈ। ਇਹ ਗੱਲ ਕੋਈ ਘੱਟ ਹੈਰਾਨੀ ਕਰਨ ਵਾਲੀ ਨਹੀਂ ਹੈ ਕਿ ਜਿਸ ਸਬਰ ਸੰਤੋਖ ਨਾਲ ਉਹ ਆਪਣੀ ਕਿਸਮਤ ਨੂੰ ਕਬੂਲ ਰਹੇ ਹਨ। ਅਖੀਰ ਤੱਕ ਐਸਾ ਇੱਕ ਵੀ ਵਿਅਕਤੀ ਨਹੀਂ ਦੇਖਿਆ ਗਿਆ ਕਿ ਜਿਸ ਨੇ ਡਰ ਕੇ ਆਪਣੇ ਧਰਮ ਨੂੰ ਤਿਆਗਿਆ ਹੋਵੇ।